ਸਤਿ ਸ਼੍ਰੀ ਅਕਾਲ ਜੀ, ਹਰਜਿੰਦਰ ਬਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਅੱਜ ਕੱਲ੍ਹ ਲੋਕ ਸਭਾ ਦੇ ਮੈਂਬਰ ਨੇ, ਖਡੂਰ ਸਾਹਿਬ ਤੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਨੇ ਅਤੇ ਡਿਬਰੂਗੜ੍ਹ ਦੇ ਵਿੱਚ ਉਹ NSA ਦੇ ਅੰਡਰ ਫੜੇ ਹੋਏ ਨੇ, ਜੇਲ੍ਹ ਦੇ ਵਿੱਚ ਨੇ, ਅਤੇ ਉਹਨਾਂ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਹੈ ਉਹਦੇ ਵਿੱਚ 1 ਸਾਲ ਦਾ ਵਾਧਾ ਕਰਨ ਦੀ ਖਬਰ ਆਈ ਹੈ। 1 ਸਾਲ ਹੋਰ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ NSA ਦੇ ਵਿੱਚ ਰਹਿਣਾ ਪਏਗਾ, ਜਿਸ ਕਿਸਮ ਦੀਆਂ ਖਬਰਾਂ ਨੇ। ਅਤੇ ਉਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਇਹ ਜਿਹੜੀ ਐਕਸਟੈਂਸ਼ਨ ਹੈ, ਐਕਸਟੈਂਡ ਕੀਤਾ ਪੰਜਾਬ ਸਰਕਾਰ ਨੇ, ਇਹ 3 ਜੂਨ ਨੂੰ ਆਰਡਰ ਪਾਸ ਕੀਤਾ। ਅਤੇ ਤੁਸੀਂ ਇਹ ਦੇਖੋ ਕਿ 3 ਜੂਨ ਨੂੰ ਜਦੋਂ ਆਰਡਰ ਪਾਸ ਹੁੰਦਾ ਹੈ, ਇਹਦਾ ਮਤਲਬ ਕਿ ਨਤੀਜੇ 4 ਜੂਨ ਨੂੰ ਆਏ। ਉਦੋਂ ਇਹ ਲੋਕ ਸਭਾ ਦੇ ਮੈਂਬਰ ਹਾਲੇ ਬਣੇ ਨਹੀਂ ਸੀ ਜਦੋਂ ਇਹਨਾਂ ਦੀ ਇਸ ਨੈਸ਼ਨਲ ਸਿਕਿਉਰਿਟੀ ਐਕਟ ਦੇ ਅੰਡਰ ਜਿਹੜੀ ਜੇਲ੍ਹ ਹੈ ਉਹਦੇ 'ਚ ਵਾਧਾ, ਡਿਟੈਂਸ਼ਨ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਇਹ ਇਸ ਤਰ੍ਹਾਂ ਦੀ ਜੇ ਆਪਾਂ ਨੂੰ ਕ੍ਰਮਵਾਰ ਦੇਖੀਏ, 13 ਮਾਰਚ 2024 ਨੂੰ ਅੰਮ੍ਰਿਤਸਰ ਦਾ ਜਿਹੜਾ DM ਹੈ, ਡਿਸਟ੍ਰਿਕਟ ਮੈਜਿਸਟ੍ਰੇਟ ਹੈ, ਉਹ ਆਰਡਰ ਪਾਸ ਕਰਦਾ ਹੈ। 24 ਮਾਰਚ ਨੂੰ ਜਿਹੜੇ ਪੰਜਾਬ ਸਰਕਾਰ DM ਦੇ ਹੁਕਮਾਂ ਨੂੰ ਮੰਨ ਲੈਂਦੀ ਹੈ ਕਿ ਹਾਂ NSA 'ਚ ਵਾਧਾ ਕਰ ਦਿਓ, ਅਤੇ ਫਿਰ ਇਹਦਾ ਵਿਰੋਧ ਕਰਦੇ ਨੇ ਅੰਮ੍ਰਿਤਪਾਲ ਸਿੰਘ। ਉਹ ਕਹਿੰਦੇ ਨੇ ਮੈਨੂੰ ਇਹ 'ਤੇ ਇਤਰਾਜ਼ ਹੈ। ਤਾਂ ਫਿਰ ਕੀ ਹੁੰਦਾ ਹੈ ਕਿ ਇਹ ਜਿਹੜੀ ਪ੍ਰਪੋਜ਼ਲ ਹੈ, ਜਿਹੜਾ ਇਤਰਾਜ਼ ਹੈ, ਇਹ NSA ਐਡਵਾਈਜ਼ਰੀ ਕਮੇਟੀ ਹੁੰਦੀ ਹੈ ਇੱਕ, ਉਹਦੇ ਕੋਲ ਭੇਜ ਦਿੱਤਾ ਜਾਂਦਾ ਹੈ। ਅਤੇ 3 ਜੂਨ ਨੂੰ ਸੂਬਾ ਸਰਕਾਰ, ਮਾਨ ਸਰਕਾਰ, ਜਿਹੜੀ ਰਿਪੋਰਟ ਸਲਾਹਕਾਰ ਬੋਰਡ ਨੇ ਵਾਧੇ ਦੀ ਸਿਫਾਰਸ਼ ਵਾਲੀ ਭੇਜੀ ਹੁੰਦੀ ਹੈ ਵਾਪਸ, ਉਹਨੂੰ ਮੰਨ ਲੈਂਦੀ ਹੈ। ਮਤਲਬ ਕਿ 3 ਜੂਨ ਨੂੰ ਪੰਜਾਬ ਸਰਕਾਰ ਦਾ, ਜਿਹੜੀ ਪੰਜਾਬ ਸਰਕਾਰ ਦੀ ਮਾਨ ਸਾਹਿਬ ਦੀ ਹੋਮ ਮਿਨਿਸਟਰੀ ਹੈ, ਉਹ 1 ਸਾਲ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੰਦੀ ਹੈ 3 ਜੂਨ ਨੂੰ। 4 ਜੂਨ ਨੂੰ ਵੋਟਾਂ ਦਾ ਦੀ ਜਿਹੜੀ ਗਿਣਤੀ ਹੁੰਦੀ ਹੈ, ਇਹ ਹੈ। ਇਹ ਸਾਰੀ ਗੱਲਬਾਤ ਆਪਾਂ ਕਰਦੇ ਹਾਂ, ਲੇਕਿਨ ਇਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ, ਉਹ ਇੱਕ ਵਾਰ ਫੇਰ ਕਰ ਰਿਹਾ ਕਿ ਪਿਆਰੇ ਦਰਸ਼ਕੋ, ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ। ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਇੱਥੇ ਅੰਮ੍ਰਿਤਪਾਲ ਇਕੱਲੇ ਨੇ, ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਨੇ, ਪਪਰਪ੍ਰੀਤ ਸਿੰਘ, ਗੁਰਮੀਤ ਸਿੰਘ ਬੁੱਕਾਵਾਲਾ, ਦਲਜੀਤ ਸਿੰਘ ਕਲਸੀ ਜਿਹੜਾ ਫਿਲਮੀ ਕਲਾਕਾਰ ਵੀ ਹੈ, ਤੂਫਾਨ ਸਿੰਘ, ਹਰਜੀਤ ਸਿੰਘ, ਭਗਵੰਤ ਸਿੰਘ ਜਿਹਨੂੰ ਪ੍ਰਧਾਨ ਮੰਤਰੀ ਕਹਿੰਦੇ ਨੇ ਵੱਜ ਕੇ, ਜਿਹੜਾ ਬਰਸੀਮ ਫੜ ਦੇ ਫੜ ਲਿਆ, ਜਿਹੜਾ ਬਰਸੀਮ ਫੜ ਰਿਹਾ ਸੀ, ਜਿਹੜਾ ਕੁਲਵੰਤ ਸਿੰਘ ਰਾਏਕੇ, ਵਰਿੰਦਰ ਫੌਜੀ, ਬਸੰਤ ਸਿੰਘ, ਇਹਨਾਂ ਨੂੰ ਵੀ NSA ਦੇ ਅੰਡਰ ਰੱਖਿਆ ਹੋਇਆ। NSA ਜਿਹੜਾ 1980 ਤੋਂ ਇਹ ਕਾਨੂੰਨ ਹੈ, ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ, ਜਿਹੜੇ ਜਿਹਦੇ ਅੰਡਰ ਆਉਂਦਾ ਕਿ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਇਹਨਾਂ ਤੋਂ। ਦੇਖੋ, ਇੱਕ ਗੱਲ ਤਾਂ ਹੈ ਕਿ ਇਹ ਜਿਹੜੇ ਅੰਮ੍ਰਿਤਪਾਲ ਸਿੰਘ ਹੈ ਉਹਨੂੰ ਪ੍ਰੋ ਖਾਲਿਸਤਾਨੀ, ਉਹ ਤਾਂ ਆਪ ਵੀ ਮੰਨਦੇ, ਜਾਂ ਤਾਂ ਇਹ ਹੋਵੇ ਨਾ ਕਿ ਕਦੇ ਉਹਨੇ ਜਵਾਬ ਦਿੱਤਾ ਵੀ ਮੈਂ ਪ੍ਰੋ ਖਾਲਿਸਤਾਨੀ ਨਹੀਂ। ਉਹ ਇਹ ਗੱਲ ਤਾਂ ਉਹਨਾਂ ਨੇ ਬਹੁਤ ਸਾਰੀਆਂ ਇੰਟਰਵਿਊ 'ਚ ਕਹੀਆਂ ਨੇ ਕਿ ਵੀ ਮੈਂ
ਜਿਹੜੀ ਮੇਰੀ ਸੋਚ ਹੈ ਇਹ ਹੈ ਸਿੱਖਾਂ ਨੂੰ ਉਹਨਾਂ ਦੀ ਇੱਕ ਆਜ਼ਾਦ ਜਿਹੜੀ ਆ ਥਾਂ ਹੋਣੀ ਜ਼ਰੂਰੀ ਹੈ, ਇਹ ਤਾਂ ਗੱਲ ਕਹਿੰਦੇ ਨੇ। ਸੋ ਇਹਨਾਂ ਨੂੰ ਪ੍ਰੋ ਖਾਲਿਸਤਾਨੀ ਮੀਡੀਆ ਕਹਿ ਰਿਹਾ, ਸੈਲਫ ਸਟਾਈਲਡ ਸਿੱਖ ਪ੍ਰੀਚਰ ਕਹਿ ਰਿਹਾ, ਜੋ ਵੀ ਹੈ, ਇੱਕ ਗੱਲ ਤਾਂ ਬੜੀ ਸਪੱਸ਼ਟ ਕਿ ਦਿੱਖ ਸ਼ੈਲੀ ਸਟਾਈਲ ਉਹ ਜਿਨ੍ਹਾਂ ਨੇ ਸੰਤ ਭਿੰਡਰਾਂਵਾਲੇ ਨੂੰ ਦੇਖਿਆ ਹੈ ਉਹਨਾਂ ਨਾਲ ਰਹੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਦੇ ਵਰਗਾ ਹੈ, ਬਿਲਕੁਲ ਉਹਨਾਂ ਵਰਗਾ ਹੀ ਹੈ। ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਇੱਕ ਵਾਰੀ ਇੰਟਰਵਿਊ ਕੀਤਾ ਸੀ, ਲਗਭਗ ਬੋਲਣ ਦੀ ਸ਼ੈਲੀ ਉਸ ਤਰ੍ਹਾਂ, ਹਾਲਾਂਕਿ ਵਧੀਆ ਬੋਲਦਾ ਹੈ, ਕਿ ਇਹਦੇ 'ਚ ਇਹ ਗੱਲ ਜ਼ਰੂਰ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕੋਲ ਭਾਵੇਂ ਕਿ ਕੋਈ ਜ਼ਿਆਦਾ ਉਮਰ ਨਹੀਂ, 17 January 1993 'ਚ ਪੈਦਾ ਹੋਇਆ, ਔਰ ਉਹ ਤੋਂ ਪਹਿਲਾਂ ਜਦੋਂ 12 'ਚ ਦੁਬਈ ਜਾਂਦਾ ਜਾਂ ਉਹਦਾ ਬਿਜ਼ਨਸ ਦੇਖਦਾ, ਕਦੋਂ ਕਿੰਨੀ ਕੁ ਤਿਆਰੀ ਕੀਤੀ। ਮੈਂ ਕਈ ਜਿਹੜੇ ਕਹਿੰਦੇ ਕਹਾਉਂਦੇ ਜਿਹੜੇ ਪੱਤਰਕਾਰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸੁਣਿਆ, ਬਹੁਤ ਕੌਨਫੀਡੈਂਸ ਹੈ ਇਸ ਨੌਜਵਾਨ ਦੇ ਵਿੱਚ। ਖੈਰ ਇਹ 22 'ਚ ਬਣਦੇ ਨੇ, ਵਰਸ ਪੰਜਾਬ ਦੇ ਜਿਹੜੇ ਪ੍ਰਧਾਨ ਬਣਦੇ ਨੇ ਦੀਪ ਸਿੱਧੂ ਦੇ ਜਾਣ ਤੋਂ ਬਾਅਦ। ਅਸਲ ਦੇ ਵਿੱਚ ਦੀਪ ਸਿੱਧੂ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀ ਉਸ ਵੇਲੇ ਇਹ ਫਾਰਮਰ ਪ੍ਰੋਟੈਸਟ ਦੇ ਸਪੋਰਟ 'ਤੇ ਸੀ ਔਰ ਦੀਪ ਸਿੱਧੂ ਵੀ ਸੀ, ਤਾਂ ਫਿਰ ਉਦੋਂ ਹੀ ਇਹ ਲਿੰਕ 'ਚ ਆਉਂਦੇ ਨੇ। ਅਤੇ ਉਦੋਂ ਬਾਅਦ ਜਦੋਂ ਦੀਪ ਸਿੱਧੂ ਇਸ ਦੁਨੀਆ ਤੋਂ ਚਲੇ ਜਾਂਦਾ ਅਤੇ ਫਿਰ ਇਹ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਉਦੋਂ ਫਿਰ ਲਾਈਮਲਾਈਟ 'ਚ ਆਉਂਦਾ, ਦੁਬਈ ਤੋਂ ਵਾਪਸ ਆਉਂਦਾ, ਉਸ ਤੋਂ ਬਾਅਦ ਫਿਰ ਇਹ ਜਿਹੜਾ ਹੈ ਪ੍ਰਧਾਨ ਜਥੇਬੰਦੀ ਵਾਰਸ ਪੰਜਾਬ ਦੇ ਚੁਣੇ ਜਾਂਦੇ ਨੇ, ਅੰਮ੍ਰਿਤ ਛਕਦੇ ਨੇ ਅਨੰਦਪੁਰ ਸਾਹਿਬ ਜਾ ਕੇ। ਫਿਰ ਕਿਹਾ ਜਾਂਦਾ ਅਨੰਦਪੁਰ ਖਾਲਸਾ ਫੌਜ ਵੀ ਬਣਦੀ ਹੈ, ਖਾਲਸਾ ਵੀਰ ਲੈ ਕੇ ਜਾਂਦੇ ਨੇ, ਔਰ ਜਿੱਥੇ ਅੰਮ੍ਰਿਤ ਛਕਾਉਣ ਦਾ ਅੰਮ੍ਰਿਤ ਪ੍ਰਚਾਰ ਦਾ ਕੰਮ, ਉੱਥੇ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ, ਬਹੁਤ ਰਿਸਪੋਂਸ ਮਿਲਿਆ, ਵੈਸੇ ਇਸ ਗੱਲ ਨੂੰ ਬਹੁਤ ਰਿਸਪੋਂਸ ਮਿਲਿਆ ਖਾਲਸਾ ਵਹੀਰ ਨੂੰ। ਪਰ ਫਿਰ ਜਿਹੜਾ ਤੁਹਾਨੂੰ ਪਤਾ ਹੋਰ ਬਹੁਤ ਸਾਰੀਆਂ ਗੱਲਾਂ ਜਿਹਦਾ ਵਿਰੋਧ ਵੀ ਹੋਇਆ, ਜਿਵੇਂ ਬੈਂਚਾਂ ਨੂੰ ਜਲੰਧਰ ਦੇ ਵਿੱਚ ਗੁਰਦੁਆਰੇ ਦੇ ਅੰਦਰ ਸਾੜਨਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ, ਲੇਕਿਨ ਸਭ ਤੋਂ ਵੱਡਾ ਕਲੈਸ਼ ਤਾਂ ਫਿਰ ਅਜਨਾਲਾ ਪੁਲਿਸ ਸਟੇਸ਼ਨ ਵਾਲਾ ਹੁੰਦਾ, ਜਿੱਥੋਂ ਫਿਰ ਇਹ ਜਿਹੜੇ ਬਿਲਕੁਲ ਦੂਜੇ ਪਾਸੇ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਫਿਰ ਫੜ ਫੜਾਈਆ ਸ਼ੁਰੂ ਹੁੰਦਾ, ਬਾਕੀ ਬੰਦੇ ਫੜੇ ਜਾਂਦੇ ਨੇ, ਹਾਲਾਂਕਿ ਜਿਹੜਾ ਇਹ ਫੜੇ ਨਹੀਂ ਗਏ, ਆਪ ਸਰੈਂਡਰ ਕੀਤਾ ਬਕਾਇਦਾ ਰੋਡੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਕੇ, ਬਿਲਕੁਲ ਪੁਲਿਸ ਨਾਲ ਗੱਲਬਾਤ ਕਰਕੇ ਉਦੋਂ ਬਾਅਦ ਇਹਨਾਂ ਨੇ ਗ੍ਰਿਫਤਾਰੀ ਦਿੱਤੀ। ਚਲੋ ਉਦੋਂ ਪਹਿਲਾਂ ਇੱਕ ਮਹੀਨਾ ਬੜੇ ਲੁਕਣ ਮੀਚੀ ਪੁਲਿਸ ਨਾਲ ਹੁੰਦੀ ਹੈ, ਉਹ ਸਾਰੀਆਂ ਗੱਲਾਂ ਨੈਸ਼ਨਲ ਮੀਡੀਆ ਨੇ ਬੜੇ ਚਸਕੇ ਲੈ ਕੇ ਦਿੱਤੀਆਂ ਸੀ। ਇਹ ਗੱਲ ਤਾਂ ਹੈ ਉਹ ਪੁਰਾਣੀ, ਸਿਰਫ ਇੰਨੀ ਕੁ ਦੱਸਣੀ ਸੀ ਵੀ ਇਸ ਤਰ੍ਹਾਂ ਦੀ ਫੀਲ। ਲੇਕਿਨ ਫਿਰ ਜਦੋਂ ਲੋਕ ਸਭਾ ਦੀ ਚੋਣ ਆਉਂਦੀ ਹੈ ਉਸ ਵੇਲੇ ਬੜਾ ਰੌਲਾ ਪੈਂਦਾ। ਪਹਿਲਾਂ ਤਾਂ ਜੀ ਇਹ ਲੋਕ ਸਭਾ ਦੀ ਚੋਣ ਇਹ ਕਿਵੇਂ ਲੜੂ ਜੀ, ਇਹ ਤਾਂ ਸੰਵਿਧਾਨ ਨੂੰ, ਕਿਉਂਕਿ ਇੱਕ ਵਾਰੀ ਕਿਹਾ ਸੀ ਵੀ ਸੰਵਿਧਾਨ ਨੂੰ ਮੰਨਦੇ ਨਹੀਂ, ਪਾਸਪੋਰਟ ਬਣਾਉਣ ਨਾਲ ਕੋਈ ਸੰਵਿਧਾਨ ਮੰਨਣਾ ਥੋੜ੍ਹੀ ਹੁੰਦਾ, ਇਸ ਤਰ੍ਹਾਂ ਦੀ ਗੱਲ ਕਰਦੇ ਸੀ। ਫਿਰ ਲੋਕ ਸਭਾ ਦੀ ਚੋਣ ਇਹ ਸੋਚ ਕੇ ਕਿ ਜਿਵੇਂ ਸਿਮਰਜੀਤ ਸਿੰਘ ਮਾਨ ਜੇਲ੍ਹ ਤੋਂ ਬਾਹਰ ਆ ਗਿਆ ਸੀ, ਇਹ ਚੋਣ ਜਿੱਤ ਕੇ ਬਾਹਰ ਆ ਜਾਣਗੇ, ਇਸ ਤਰ੍ਹਾਂ ਦੀ ਗੱਲ। ਔਰ ਜਿਸ ਤਰੀਕੇ ਨਾਲ ਚੋਣ ਲੜੀ ਗਈ, ਇਹ ਤਾਂ ਡਿਬਰੂਗੜ੍ਹ ਜੇਲ੍ਹ ਸੀ ਪਰਿਵਾਰ ਨੇ, ਜਾਂ ਜਿਹੜੀ ਪਰਮਜੀਤ ਕੌਰ ਖਾਲੜਾ, ਬੀਬੀ ਖਾਲੜਾ ਜਿਹੜੀ ਲੇਟ ਜਸਵੰਤ ਸਿੰਘ ਖਾਲੜਾ ਦੇ ਪਤਨੀ ਨੇ, ਉਹਨਾਂ ਨੇ ਜਿਸ ਤਰੀਕੇ ਨਾਲ ਲੜਾਈ ਲੜੀ, ਸਭ ਤੋਂ ਵੱਧ ਵੋਟਾਂ ਦੇ ਮਾਰਜਨ ਨਾਲ
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜਿੱਤਿਆ, ਇਹ ਵੀ ਦੇਖਣਾ ਹੋਵੇਗਾ। ਔਰ ਜਿੰਨਾ ਜ਼ਬਰਦਸਤ ਵਿਰੋਧ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਦਾ ਕੀਤਾ, ਜੀ ਇਹ ਤਾਂ ਏਜੰਸੀਆਂ ਦਾ ਬੰਦਾ, ਜੀ ਇਹ ਫਲਾਨਾ ਹੈ ਤਿਮਕਾ, ਲੇਕਿਨ ਲੋਕਾਂ ਨੇ ਇਸ ਨੂੰ ਸਪੋਰਟ ਕੀਤੀ। ਮੈਂ ਤਾਂ ਇਹ ਵੀ ਸਮਝਦਾ, ਆਕੇ ਮਾਨ ਸਾਹਿਬ ਅੱਜ ਕੱਲ੍ਹ ਫੀਡਬੈਕ ਲੈ ਰਹੇ ਨੇ ਜਿਹੜੀ ਵਾਰ ਵਾਰ, ਇੱਕ ਫੀਡਬੈਕ ਇਹ ਵੀ ਹੈ ਲੋਕਾਂ ਦੇ ਮਨਾਂ 'ਚ ਇਹ ਗੱਲ ਜ਼ਰੂਰ ਸੀ ਕਿ ਇਹਨਾਂ ਨੌਜਵਾਨ ਨੂੰ ਡਿਬਰੂਗੜ੍ਹ ਭੇਜਣ ਦੀ ਕੀ ਲੋੜ ਸੀ, ਐਡਾ ਕਿੱਡਾ ਕੁ ਜੁਰਮ ਕੀਤਾ ਸੀ ਕਿ ਇਹਨਾਂ ਨੂੰ NSA ਦੇ ਵਿੱਚ ਤੁਸੀਂ ਡਿਬਰੂਗੜ੍ਹ ਭੇਜਿਆ। ਇਹ ਵੀ ਇੱਕ ਫੈਕਟਰ ਰਿਹਾ ਆਮ ਆਦਮੀ ਪਾਰਟੀ ਦੀ ਹਾਰ ਦਾ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਲੋਕਾਂ ਦੇ ਮਨਾਂ 'ਚ ਇਸ ਗੱਲ ਦਾ ਵੀ ਗੁੱਸਾ ਸੀ, ਰੰਜ ਸੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਖੈਰ ਇਹ ਸਾਰਾ ਕੁਛ ਜਿਹੜਾ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਦੇ ਵਿੱਚ ਹੋਇਆ ਅਤੇ ਬਾਹਰ ਆ ਗਏ। ਹੁਣ ਜਾਂ ਤਾਂ ਆਸ ਨਹੀਂ ਸੀ, ਜਾਂ ਇਹ ਕਾਹਲੀ ਕਿਉਂ ਕੀਤੀ, 3 ਜੂਨ ਨੂੰ ਹੀ ਕਿਉਂ ਔਡਰ ਜਿਹੜਾ ਹੈ ਕਰ ਦਿਉ ਐਕਸਟੈਂਡ ਇੱਕ ਸਾਲ ਲਈ। ਹੁਣ ਤਾਂ ਸਵਾਲ ਤਾਂ ਇਹ ਉੱਠਦਾ ਕਿ ਇੱਕ ਪਾਸੇ ਤਾਂ ਬਾਹਰ ਆਉਣ ਦੀ ਗੱਲ ਸੀ, ਵੈਸੇ ਇੱਕ ਤੁਹਾਨੂੰ ਇੱਥੇ ਇਹ ਵੀ ਦੱਸਣ ਵਾਲੀ ਗੱਲ ਹੈ ਕਿ ਰਿਹਾਈ ਹੋ ਸਕਦੀ ਹੈ, ਪਰ ਉਹਦੇ ਵਿੱਚ ਦੋਨੇ ਸਰਕਾਰਾਂ, ਸੂਬਾ ਸਰਕਾਰ ਅਤੇ ਕੇਂਦਰ ਦੀ ਸਰਕਾਰ, ਦੋਨੇ ਜੇ ਐਗਰੀ ਕਰਨ, ਦੋਨਾਂ ਦੀ ਜੇ ਪ੍ਰਵਾਨਗੀ ਹੋਵੇ ਤਾਂ ਇਹ ਜਿਹੜੀ ਹੈ ਇਸ ਨੂੰ ਅੰਮ੍ਰਿਤਪਾਲ ਦੀ ਰਿਹਾਈ ਜੇਲ੍ਹ 'ਚੋਂ ਹੋ ਸਕਦੀ ਹੈ। ਲੇਕਿਨ ਇੱਕ ਗੱਲ ਹੈ ਕਿ ਮੰਨ ਲਓ ਨਹੀਂ ਰਿਹਾਈ ਹੁੰਦੀ, ਫਿਰ ਲੋਕ ਮਤ ਦਾ ਕੀ ਬਣੂ? ਇਹ ਲੋਕਤੰਤਰ ਹੈ, ਲੋਕਤੰਤਰ 'ਚ ਲੋਕਾਂ ਨੇ ਜਿਤਾਇਆ, ਜਿਤਾਇਆ ਵੀ ਸਭ ਤੋਂ ਵੱਧ ਵੋਟਾਂ ਨਾਲ ਹੈ, ਅਤੇ ਇਹਦਾ ਮਤਲਬ ਲੋਕਾਂ ਦੇ ਮਤ ਦੀ, ਮਤਦਾਨ ਹੁੰਦਾ ਨਾ, ਲੋਕਾਂ ਦੇ ਮਤ ਦੀ, ਲੋਕਾਂ ਦੀ ਰਾਏ ਦੀ ਤਾਂ ਫਿਰ ਕੋਈ ਕੀਮਤ ਹੀ ਨਹੀਂ ਰਹਿ ਜੂਗੀ ਜੇ ਬੰਦਾ ਜੇਲ੍ਹ 'ਚ ਹੀ ਰਹਿੰਦਾ। ਅਤੇ ਹੋਣਾ ਤਾਂ ਇਹ ਚਾਹੀਦਾ ਵੀ ਜ਼ਿਆਦਾ ਲੋਕਾਂ ਨੇ ਨਾ ਜਿਤਾਉਂਦੇ, ਜੇ ਲੋਕ ਇਹਦੇ ਵਿਰੁੱਧ ਹੁੰਦੇ, ਇਹਦੀ ਵਿਚਾਰਧਾਰਾ ਦੇ ਵਿਰੁੱਧ ਹੁੰਦੇ, ਫਿਰ ਜਿਤਾਉਣਾ ਨਹੀਂ ਸੀ। ਜੇ ਲੋਕਾਂ ਨੇ ਇਹਦਾ ਸਾਥ ਦਿੱਤਾ, ਲੱਖਾਂ ਦੀ ਗਿਣਤੀ 'ਚ ਵੋਟਾਂ ਪਾਈਆਂ, ਲੱਖਾਂ ਦੇ ਮਾਰਜਨ ਨਾਲ ਜਿਤਾਇਆ, ਇਹਦਾ ਮਤਲਬ ਲੋਕ ਜਿਹੜੀ ਹੈ ਲੋਕ ਰਾਏ ਦੇ ਨਾਲ ਹੈ, ਅਤੇ ਲੋਕ ਰਾਏ ਦੀ ਤੌਹੀਨ ਹੋਊ ਜੇ ਬਾਹਰ ਨਹੀਂ ਆਉਂਦਾ। ਇਹ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ, ਇਹਦਾ ਕੇਂਦਰ ਨੂੰ ਵੀ ਸਮਝਣਾ ਚਾਹੀਦਾ, ਅਤੇ ਰੀਝ ਪਰ ਉਦੋਂ ਹੀ ਹੋਏਗੀ ਗੱਲ, ਪਰ ਹਾਲ ਦੀ ਘੜੀ ਤਾਂ ਉਲਟ ਹੋ ਰਿਹਾ। ਸਮਝਣ ਦੀ ਤਾਂ ਗੱਲ ਬਾਅਦ ਦੀ ਹੈ, ਹਾਲ ਦੀ ਘੜੀ ਤਾਂ ਉਲਟ ਹੋਇਆ ਕਿ ਇਹਦੀ ਜਿਹੜੀ ਹੈ ਐਕਸਟੈਂਸ਼ਨ ਦਿੱਤੀ ਕਿ ਠੀਕ ਹੈ ਜੀ ਇੱਕ ਸਾਲ ਲਈ ਹੋਰ NSA ਜਿਹੜੀ ਹੈ ਲਾ ਦਿੱਤੀ ਜਾਂਦੀ ਹੈ, ਅਗਲੇ 25 ਤੱਕ ਜੇਲ੍ਹ 'ਚ ਰਹੋ। ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਜੇਲ੍ਹ 'ਚ ਰਹਿੰਦੇ ਨੇ ਕਿ ਨਹੀਂ ਰਹਿੰਦੇ, ਜਾਂ ਫਿਰ ਕਾਨੂੰਨ ਕੀ ਕਹਿੰਦਾ, ਅਜਿਹੇ ਪਰਿਵਾਰ ਕਾਨੂੰਨ ਵੱਲ ਦੇਖਦਾ, ਕੋਰਟ 'ਚ ਜਾਂਦਾ, ਇਹ ਸਾਰੇ ਸਵਾਲ ਹਾਲੇ ਹੱਲ ਹੋਣੇ ਰਹਿੰਦੇ ਨੇ। ਲੇਕਿਨ ਹਾਲ ਦੀ ਘੜੀ ਪੰਜਾਬ ਸਰਕਾਰ ਨੇ ਬੜੀ ਤੇਜ਼ੀ ਦਿਖਾਈ ਹੈ ਇਹਦੀ NSA ਜਿਹੜੀ ਹੈ ਉਸ ਨੂੰ ਐਕਸਟੈਂਡ ਕਰਨ ਲਈ। ਅੱਜ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।